ਪੰਜਾਬ 'ਚ ਇੱਕ ਬਹੁਤ ਵੱਡਾ ਦੁਖਾਂਤ ਹੈ, ਪੰਜਾਬ 'ਚ ਨਹੀਂ ਸਾਰੇ ਦੇਸ਼ 'ਚ ਹੀ ਹੈ, ਜਿਹੜਾ ਠੇਕਾ ਸਿਸਟਮ ਸ਼ੁਰੂ ਹੋ ਗਿਆ, ਆਊਟਸੋਰਸ ਸਿਸਟਮ ਸ਼ੁਰੂ ਹੋ ਗਿਆ, ਉਹਦੇ 'ਚ ਕੀ ਹੈ, ਇੱਕ ਤਾਂ ਤੁਹਾਡੀ ਕੁਆਲੀਫਿਕੇਸ਼ਨ ਅਤੇ ਤੁਹਾਡੀਆਂ ਡਿਊਟੀਆਂ ਮੁਤਾਬਕ ਤੁਹਾਨੂੰ ਉਜਰਤ ਨਹੀਂ ਮਿਲਣੀ, ਤੁਹਾਡਾ ਵਿੱਤੀ ਸ਼ੋਸ਼ਣ ਹੋਣਾ, ਤੁਹਾਡੀ ਵਿੱਤੀ ਲੁੱਟ ਹੋਣੀ ਹੈ, ਔਰ ਦੂਸਰਾ ਤੁਹਾਡੇ ਦਿਮਾਗ 'ਤੇ ਬੋਝ ਇਹ ਹੈ ਵੀ ਤੁਹਾਡੀ ਕੋਈ ਜੋਬ ਸਿਕਿਉਰਿਟੀ ਨਹੀਂ ਗੀ। ਜੇ ਤੁਹਾਡੇ ਅਫਸਰ ਨੂੰ ਲੱਗਿਆ ਵੀ ਗੁਰਵਿੰਦਰ ਹੋਣਾ ਦੀ ਤਾਂ ਪੱਗ ਬੜੀ ਟੇਢੀ ਅੱਜ, ਜਾਂ ਸੁਨੀਲ ਹੋਣੀ ਮੈਨੂੰ ਚੰਗੇ ਨਹੀਂ ਲੱਗਦੇ, ਇਹਨਾਂ ਨੇ ਮੈਨੂੰ ਘੂਰ ਕੇ ਦੇਖਿਆ, ਅਤੇ ਉਹ ਕਿਸੇ ਵੇਲੇ ਵੀ ਕਹਿ ਸਕਦੇ ਵੀ ਤੁਹਾਡੀ ਸਾਨੂੰ ਲੋੜ ਨਹੀਂ, ਇਹ ਲੱਗਦਾ ਵੀ ਬਹੁਤ ਵੱਡਾ ਸੰਤਾਪ ਹੈ ਠੇਕੇਦਾਰੀ ਸਿਸਟਮ, ਜਿਹੜਾ ਮੈਂ ਆਪਣੇ ਸ਼ਬਦਾਂ 'ਚ ਕਹਿੰਦਾ ਹੁੰਦਾ ਵੀ ਜਿਉਂਦੀਆਂ ਲਾਸ਼ਾਂ ਨੇ, ਨਾ ਜਿਉਣ ਵਾਲਿਆਂ 'ਚ ਨਾ ਮਰਨ ਵਾਲਿਆਂ 'ਚ, ਨਾ ਇਹਨਾਂ ਨੂੰ ਖਾਣ ਜੋਗੀ ਪੂਰੀ ਜਿਉਣ ਜੋਗੀ ਤਨਖਾਹ ਮਿਲਦੀ ਹੈ, ਅਤੇ ਨਾ ਹੀ ਇਹਨਾਂ ਦੀ ਜੋਬ ਸਿਕਿਉਰਿਟੀ ਹੈ। ਬਿਲਕੁਲ ਜੀ, ਜਿਵੇਂ ਨੈਸ਼ਨਲ ਹੈਲਥ ਮਿਸ਼ਨ ਦੀ ਮੈਂ ਗੱਲ ਕੀਤੀ ਹੈ ਕਿ ਪਿਛਲੇ 13,000 ਮੁਲਾਜ਼ਮ ਪਿਛਲੇ 15 ਸਾਲਾਂ ਤੋਂ ਕੰਮ ਕਰ ਰਹੇ ਆ, ਉਹ ਲਗਾਤਾਰ ਇੱਕ ਡਰ ਦੇ ਵਿੱਚ, ਪੰਜਾਬ 'ਚ ਮੇਰਾ 1 ਲੱਖ ਦੇ ਕਰੀਬ ਹੋਣੇ ਆ ਸਾਰੇ ਡਿਪਾਰਟਮੈਂਟ। ਬਿਲਕੁਲ ਬਿਲਕੁਲ ਜੀ, ਅਲੱਗ ਅਲੱਗ ਡਿਪਾਰਟਮੈਂਟ ਦੇ ਵਿੱਚ ਆਊਟਸੋਰਸ ਲੈ ਕੇ ਡੇਲੀ ਵੇਜਸ ਵਾਲੇ ਅੱਡ ਅੱਡ ਮਹਿਕਮੇ ਦੇ ਵਿੱਚ ਕੰਮ ਕਰ ਰਹੇ ਆ। ਇਹ ਇੱਕ ਪੰਜਾਬ ਨੂੰ ਜਾਂ ਸਮਝ ਲਓ ਆਪਣੇ ਹਿੰਦੁਸਤਾਨ ਨੂੰ ਲੱਗਿਆ ਕੋਡ ਆ ਜੀ, ਕਿ ਜਦੋਂ ਸਾਡੀਆਂ ਪੜ੍ਹਾਈਆਂ ਕੋਈ ਠੇਕੇ 'ਤੇ ਨਹੀਂ ਗਈਆਂ, ਸਾਡੀਆਂ ਡਿਗਰੀਆਂ ਕੋਈ ਨਕਲੀ ਨਹੀਂ ਗਈਆਂ, ਅਸੀਂ ਬਰਾਬਰ ਫੀਸਾਂ ਭਰ ਕੇ ਆਪਦੀਆਂ ਡਿਗਰੀਆਂ ਕੀਤੀਆਂ, ਅਤੇ ਅਸੀਂ ਸਾਰਾ ਸਾਲ ਕੰਮ ਕਰਨ ਤੋਂ ਬਾਅਦ ਵੀ ਸਾਡੀ ਜਦੋਂ ਸਾਲ ਬਾਅਦ ਕੰਟਰੈਕਟ ਰੀਨਿਊ ਹੋਣਾ ਹੁੰਦਾ, ਸਾਨੂੰ ਉਦੋਂ ਡਰ ਲੱਗਦਾ ਕਿਤੇ ਅਫਸਰ ਦਾ ਮੂਡ ਨਾ ਉਹੋ ਜਿਹਾ ਹੋਵੇ ਕਿ ਸਾਡਾ ਕੱਢਾਂਗੇ। ਅਸੀਂ ਜਿਹੜੇ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮ ਹੈ ਜੀ, ਉਹ 12-12, 15-15 ਸਾਲਾਂ ਤੋਂ ਇਸੇ ਡਰ 'ਚ ਜੀ ਰਹੇ, ਕਈਆਂ 'ਤੇ ਤਾਂ ਡਰ ਇੰਨਾ ਹਾਵੀ ਹੋ ਚੁੱਕਿਆ, ਉਹ ਨਾ ਤਾਂ ਬੋਲ ਸਕਦੇ ਆ, ਨਾ ਨੌਕਰੀ ਛੱਡ ਸਕਦੇ ਆ, ਉਹਨਾਂ ਨੂੰ ਨਾ ਹੁਣ ਨੌਕਰੀ ਮਿਲ ਸਕਦੀ ਹੈ ਕਿਉਂਕਿ ਉਹਨਾਂ ਦੀ ਉਮਰਾਂ ਵੀ ਹੁਣ ਨੌਕਰੀ ਦੇ ਉਮਰ ਤੋਂ ਸੀਮਾ ਤੋਂ ਵੱਧ। ਮੈਂ ਇੱਕ ਹੋਰ ਸਿਮਰਨਜੀਤ ਸੋਚ ਰਿਹਾ ਸੀ ਵੀ ਇੱਥੋਂ ਤੁਹਾਨੂੰ ਮਿਲਦਾ ਵੱਧ ਤੋਂ ਵੱਧ 35, ਮੈਨੂੰ ਲੱਗਦਾ ਐਵਰੇਜ ਲਾ ਲਓ ਤੁਸੀਂ 25-30 ਦੇ ਵਿੱਚ ਤੁਸੀਂ ਉੱਥੇ ਕੁ ਡਿੱਗਦੇ ਹੋਗੇ, ਇੰਨੇ ਕੁ ਮਿਲਦੇ ਹੋਣਗੇ, ਅਤੇ ਪ੍ਰਾਈਵੇਟ ਹਸਪਤਾਲਾਂ 'ਤੇ ਇਸ ਤੋਂ ਵੱਧ ਨਹੀਂ, ਸਗੋਂ ਸੈਲਰੀ ਤੁਹਾਨੂੰ ਕੋਈ ਆਸ ਹੈ ਵੀ ਜੇ ਇੰਨਾ ਇੱਥੇ ਕੰਮ ਕਰਾਂਗੇ ਰੈਗੂਲਰ ਹੋਣਾਗੇ ਸ਼ਾਇਦ ਇਸੇ ਕੀ ਕਹਿੰਦੇ ਆਸ ਨਾਲ ਹੀ ਉੱਥੇ ਬੈਠੇ ਜੀ। ਬਿਲਕੁਲ ਸਰ, ਜਿਵੇਂ ਗੁਰਵਿੰਦਰ ਜੀ ਨੇ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਜਦੋਂ ਸਾਡੀ ਪੋਸਟ ਜਿਹੜੀ ਕ੍ਰੀਏਟ ਹੋਈ ਸੀ ਅਤੇ ਅਸੀਂ ਪੇਪਰ ਦੇ ਕੇ ਇੱਥੇ ਆਏ ਸੀਗੇ, ਇੱਕ ਦੀ ਬਜਾਏ ਇੱਕ ਪਹਿਲਾਂ, ਉਸ ਤੋਂ ਬਾਅਦ 3 ਫੇਰ ਪੇਪਰ ਜਿਹੜੇ ਆ ਉਹ ਦੇ ਕੇ ਆਏ, ਸ਼ਾਇਦ ਇੱਕ ਸਾਡਾ ਇਕੱਲਾ ਕੈਡਰ ਜਿਹੜਾ ਆ ਉਹ ਹੋਏਗਾ ਕਿ ਜਿਹਨੇ ਇੱਕ ਪੇਪਰ ਦਿੱਤਾ ਕਿ ਮੈਂ ਪੇਪਰ ਪਾਸ ਕਰ ਗਿਆ, ਅਤੇ ਉਸ ਤੋਂ ਬਾਅਦ ਡਿਊਟੀ ਕਰਨ ਵਾਸਤੇ 3 ਪੇਪਰ ਦੁਬਾਰਾ ਦਿੱਤੇ ਗਏ, ਥਿਓਰੀ ਦੇ ਵੀ ਅਤੇ ਪ੍ਰੈਕਟੀਕਲ ਦੇ ਵੀ, ਫਿਰ ਜਾ ਕੇ ਸਾਨੂੰ ਇਹ ਜੋਬ ਹੈ ਜਿਹੜੀ ਮਿਲੀ ਹੈ। ਤਾਂ ਜਿਵੇਂ ਗੁਰਵਿੰਦਰ ਜੀ ਨੇ ਸ਼ੇਅਰ ਕੀਤਾ ਸੀ ਕਿ ਸਾਨੂੰ ਆਸ ਸੀਗੀ ਜਦੋਂ ਸਾਨੂੰ 6 ਸਾਲ ਪੂਰੇ ਹੋ ਜਾਣਗੇ ਤਾਂ ਸਾਨੂੰ ਆ ਜਿਹੜਾ ਉਹ ਰੈਗੂਲਰ ਹੋਣ ਦੇ ਸਾਡੇ ਜਿਹੜੇ ਬਹੁਤ ਜ਼ਿਆਦਾ ਚਾਂਸਿਸ ਜਿਹੜੇ ਬਣ ਜਾਣਗੇ, ਅਤੇ ਸਟੇਟ ਨੂੰ ਵੀ ਜਿਹੜੀ ਆ ਸੈਂਟਰ ਨੇ ਮੌਕਾ ਜਿਹੜਾ ਉਹ ਦਿੱਤਾ ਹੋਇਆ ਆ, ਜਾਂ ਫਿਰ ਉਹ ਦਿੱਤੀ ਹੋਈ ਹੈ ਕਿ ਵੀ ਪਾਵਰ ਦਿੱਤੀ ਹੋਈ ਹੈ ਕਿ ਵੀ ਤੁਸੀਂ ਆਪਣੇ ਪੱਧਰ 'ਤੇ ਜਿਹੜਾ ਤੁਸੀਂ ਰੈਗੂਲਰ ਹੋ ਜਾਓਗੇ। ਇਸੇ ਆਸ ਦੇ ਵਿੱਚ ਅਸੀਂ ਇਹ ਜੋਬ ਹੈ ਜਿਹੜੀ ਉਹ ਜੁਆਇਨ ਕੀਤੀ ਸੀਗੀ, ਅਤੇ ਇੱਕ ਜਿਵੇਂ ਤੁਸੀਂ ਸ਼ੁਰੂਆਤੀ ਉਹ ਵਰਡ ਲਿਆ ਕਿ ਕਮਿਊਨਿਟੀ ਹੈਲਥ ਅਫਸਰ, ਅਸੀਂ ਇਸ ਨਾਮ ਤੋਂ ਜਿਹੜੀ ਇਹ ਜੋਬ ਹੈ ਉਹ ਜੁਆਇਨ ਕੀਤੀ ਸੀ, ਲੇਕਿਨ ਮੇਰੇ ਖਿਆਲ ਗੱਲ ਬੇਸ਼ੱਕ ਇਹ ਬੁਰੀ ਲੱਗੇਗੀ ਜਾਂ ਪਰ ਇਹ ਸੱਚ ਹੈ ਕਿ ਨਾਮ ਦਾ ਕਮਿਊਨਿਟੀ ਹੈਲਥ ਅਫਸਰ ਹੈ, ਲੇਕਿਨ ਨਾ ਤਨਖਾਹ ਉਨੀ ਹੈ ਅਤੇ ਜਿਹੜੇ ਕੰਮ ਦੀ ਵੰਡ ਹੈ, ਜਿਹੜੀ ਸਾਡੇ ਲਈ ਕੰਮ ਦਾ ਬੋਝ ਜਿਹੜਾ ਸੁੱਟਿਆ ਜਾ ਰਿਹਾ ਆ ਉਹ ਬਹੁਤ ਜ਼ਿਆਦਾ ਆ। ਕਰੋਨਾ ਹੋਵੇ, ਹੜ੍ਹ ਪੀੜਤ ਹੋਣ, ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਆਪਦਾ ਆ ਜਾਵੇ ਪੰਜਾਬ ਦੇ ਸੂਬੇ ਦੇ ਵਿੱਚ, ਜਾਂ ਕਿਸੇ ਹੋਰ ਤਰ੍ਹਾਂ ਦੀ ਕਿਸੇ ਵੀ ਕੇਡਰ ਦੇ ਸਟਾਫ ਦੀ ਸ਼ੋਰਟੇਜ ਆ ਜਾਵੇ ਕਿੱਥੇ, ਉੱਥੇ ਚੱਕ ਕੇ CHOs ਦੀ ਡਿਊਟੀਆਂ ਲਗਾ ਦਿੱਤੀਆਂ ਜਾਂਦੀਆਂ ਨੇ, ਉੱਥੇ ਚੱਕ ਕੇ ਮੂਹਰੇ CHOs ਨੂੰ ਕਰ ਦਿੱਤਾ ਜਾਂਦਾ ਆ। ਇੰਨਾ ਸਾਰਾ ਕੁਛ ਕਰਨ ਦੇ ਬਾਵਜੂਦ ਸਾਨੂੰ ਕਦੇ ਵੀ ਐਪਰੀਸੀਏਸ਼ਨ ਹੈ ਜਿਹੜੀ ਉਹ ਨਹੀਂ ਮਿਲੀ, ਲੇਕਿਨ ਜਿਵੇਂ ਕਿ ਹੁਣੇ ਅਸੀਂ ਡਿਸਕਸ ਕੀਤਾ, ਧਮਕੀ ਜ਼ਰੂਰ ਮਿਲੀ ਹੈ ਕਿ ਅਸੀਂ ਤੁਹਾਨੂੰ ਕੱਢ ਦਾਂਗੇ।